गणेश उत्सव लाई मूर्ति स्थापित करन पिछे दो धीरां विच होई लड़ाई। दूजी धीर वालों पहली धीर उपर जानलेवा हमला घर विच इट्टा रोड़े मार के किता। हमला करन दा कारण सी कि तुसी सरकारी ग्राउंड विच गणेश मूर्ति स्थापित नहीं करनी। उत्थे ही जिस धीर उपर हमला किता उन्हां दे परिवार मैंबर सुखपाल कौर ने साडे मीडिया नाल गल करदे होए दस्सिया कि इन्हां वालों गणेश मूर्ति स्थापित करन ते साडे उपर जानलेवा हमला किता। मेरी नौ जो कि 7 महीने दी गर्भवती है, मेरी बेटी ते मेरे बेटे उपर भी जानलेवा हमला किता गया ते उन्हां नाल कुटमार कीती गई। मैं सिटी थाने विच दरखास्त दित्ती है, साडे किसे वालों कोई भी सुनवाई नहीं कीती गई, विरोधी धिर उपर कोई भी एक्शन नहीं लिया गया। मैं इंसाफ दी मांग करती हां। जी की नाम है अपना? एड़ी एटा मरी गई ने जी, किन्ना वालों मरी गई ने जी? मीते दे लाणे ने जी, सैसी मीते रे। ठीक है, की नाम है उन्हां दा? मलकीत सिंह कहंदे ना, हैप्पी आ जी का। अच्छा जी, तोड़ी जी साडी सुनवाई कोई नहीं हुंदी हैगी। ठीक है, मैं पहला चौकी च गई, चौकी वाले ने मेरी कोई दस पुछ नहीं करी हैगी। फिर मैं सिटी च देख के आई हां जी, मेरी उत्थे दरखास्त लिखाई हुई आ, कोई मेरी उत्थे नहीं करी हैगी। मेरा बेटा लाडी सिंह गा ओदी पटियाई करी आ, मेरी नूह की सुनीता दे बाल बच्चा होना 7वां महीना लग्या होया प्रेजिडेंट की। मेरी बेटी अनीशा 8 महीना लग्या होया जी, 8वां। ठीक है, ओदा कपड़ा लीड़ा दोयां दा नण दा भरजाई दा हैप्पी ने, सोनू आ जी, हैप्पी आ, सोनू आ, विक्की आ, रिंकू आ, वीरबल्ला, मीता, मीते दे घर वालियां दो दियां नूहां ने जी। साडी बहुत ज्यादा बुरी हालत करके गए ना सुखपाल आ जी। ਕੀ ਕਾਰਨ ਹੋਈ ਤੁਸੀਂ ਇੱਥੇ ਜੀ? ਅਸੀਂ ਗਣੇਸ਼ ਕਰਾਉਣਾ ਸੀ ਜੀ, ਗਣੇਸ਼ ਪੂਜਾ ਕਰਾਉਣੀ ਸੀ। ਹਾਂਜੀ ਹਾਂਜੀ, ਸਾਨੂੰ 10 ਦਿਨ ਹੋ ਗਏ ਜੀ ਪਾਰਕ ਸਮਾਰਦਿਆਂ ਨੂੰ। ਹਾਂ, ਉੱਥੇ ਜੀ ਸਾਨੂੰ ਆ ਕੇ ਪਾਰਕ 'ਚ ਚਿੰਬੜ ਗਏ। ਕੌਣ ਚਿੰਬੜ ਗਏ? ਮੀਤੇ ਦਾ ਲਾਣਾ ਜੀ, ਮਲਕੀਤ ਦਾ ਜੀ, ਲੰਬਰਦਾਰ ਦਾ। ਅੱਛਾ ਜੀ। ਅਸੀਂ ਗਏ, ਮੈਂ ਭੱਜੀ ਪੁਲਿਸ 'ਚ ਗਈ, ਸਾਡੀ ਕੋਈ ਪੁਲਿਸ ਵਾਲਿਆਂ ਨੇ ਸੁਣਵਾਈ ਨਹੀਂ ਕਰੀ। ਕਿੰਨੇ ਵਜੇ ਦੀ ਗੱਲ ਹੈ ਇਹ? ਹੈਗੀ ਆ 2-3 ਵਜੇ ਦੀ ਜੀ। ਅੱਛਾ ਜੀ, ਉਸ ਤੋਂ? ਹਾਂਜੀ, ਮੇਰੇ ਬੇਟੇ ਨੂੰ ਆਸ਼ੂ ਨੂੰ ਲੈ ਕੇ ਦਵਾਈ ਲੱਗੇ ਬਾਜ਼ਾਰ 'ਚ ਜੀ, ਉਹ ਕਿਸੇ ਦੀ ਦੁਕਾਨ 'ਚ ਲੁੱਕ ਕੇ ਜਾਨ ਬਚਾਈ ਆ, ਅਤੇ ਲਾਡੀ ਤੀ ਮੇਰਾ ਬੇਟਾ, ਘਰ ਵਾਲਾ ਮੇਰਾ ਜੇਲ੍ਹ 'ਚ ਆ ਜੀ, ਉਹਨੂੰ ਸਾਲ ਹੋ ਗਿਆ ਜਿਹੜਾ ਗੋਲੀ ਗੇਜ 'ਚ। ਹਾਂਜੀ ਹਾਂਜੀ। ਅਤੇ ਕਾਰਨ ਕੀ ਹੈ ਲੜਾਈ ਦਾ? ਲੜਾਈ ਦਾ ਕੋਈ ਕਾਰਨ ਨਹੀਂ ਹੈਗਾ ਜੀ, ਅਸੀਂ ਕਹਿੰਦੇ ਉਰੇ ਗਣੇਸ਼ ਨਹੀਂ ਧਰਨਾ ਦੇਣਾ ਜੀ। ਅੱਛਾ ਜੀ। ਹਾਂਜੀ, ਇਹ ਪਹਿਲਾਂ ਵੀ ਕੁਝ ਪਹਿਲਾਂ ਵੀ ਰੰਜਮੇ ਚੱਲਦੇ ਹੋਏ? ਹਾਂਜੀ, ਰਾਤ ਗੁੰਡੇ ਬੁਲਾ ਲਏ ਜੀ ਮੰਡੀ 'ਚ। ਕਿਉਂ? ਮੇਰੇ ਜਮਾਈ ਨੂੰ ਵੱਢਣ ਨੂੰ ਦੀਪਕ। ਕਾਰਨ? ਕਾਰਨ ਕੁਛ ਨਹੀਂ ਜੀ, ਗਾਲਾਂ ਕੱਢਦੇ ਨਾ ਘਰੇ ਆ ਕੇ, ਕੁੜੀਆਂ ਨੂੰ ਗਲਤ ਫਲਤ ਬੋਲਦੇ ਨੇ ਮੇਰੇ ਨੀਸ਼ਾ ਨੂੰ। ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਹਨਾਂ ਦੇ ਕਾਰੋਬਾਰ ਕਰਾਉਣਾ ਚਾਹੁੰਦੇ ਹਾਂ। ਮੇਰਾ ਨਾਮ ਦੀਪਾ ਹੈ। ਕੀ ਨਾਮ ਹੈ? ਦੀਪਾ। ਅੱਛਾ, ਕੀ ਗੱਲ ਹੋਈ ਆ ਤੁਸੀਂ ਅੱਜ? ਜੋ ਮੇਰੇ ਨਾਲ ਲਾਗ ਡਾਕਟਰ ਨੇ ਮੇਰੇ ਨੂੰ ਲੜਦੇ ਨੇ, ਉਹ ਕੌਣ ਲੜਦੇ ਨੇ? ਮੀਤੇ ਕੇ ਵਿੱਕੀ। ਅੱਛਾ, ਵੀ ਮੀਤਾ ਜੀ, ਇਹਨਾਂ ਦੇ ਸਾਰੇ ਮੁੰਡੇ। ਕਾਰਨ? ਕਾਰਨ ਉਹੀ ਬਸ ਜੀ, ਮੇਰੇ ਨਾਲ ਕੁੰਦਕ ਕਰਦੇ, ਮੈਨੂੰ ਕੁੱਟਣ ਨੂੰ ਫਿਰਦੇ ਨੇ ਮੇਰੇ ਜਮਾਈ। ਮੈਂ ਇਹਨਾਂ ਦਾ ਜਮਾਈ ਹਾਂ, ਮੈਂ ਇਹਨਾਂ ਦੇ ਘਰੇ ਆਉਂਦਾ ਮੈਨੂੰ ਆਉਣ। ਤੁਸੀਂ ਕੀ ਕੰਮ ਕਰਦੇ ਹੋ? ਸਾਡਾ ਫਲ ਫਰੂਟ ਦਾ ਕੰਮ ਹੈ ਜੀ। ਕਿੱਥੇ ਆ? ਬੱਸ ਸਟੈਂਡ 'ਤੇ। ਠੀਕ ਹੈ, ਤੁਸੀਂ ਉੱਥੇ ਬੱਸ ਸਟੈਂਡ 'ਤੇ ਬਹਿ ਹੋ? ਹਾਂਜੀ। ਪਿੰਡ ਕਿਹੜਾ ਤੁਹਾਡਾ? ਸੰਗਰੂਰ। ਠੀਕ ਹੈ, ਫਿਰ ਹੁਣ ਅੱਜ ਲੜਾਈ ਦਾ ਕਾਰਨ ਕੀ ਸੀਗਾ? ਕਾਰਨ ਜੀ ਕੁਛ ਨਹੀਂ, ਇਹ ਇਹਨਾਂ ਦੇ ਇਕੱਲੀਆਂ ਕੁੜੀਆਂ 'ਤੇ ਉਹ ਇੱਟਾਂ ਚਲਾ ਗਏ, ਮੇਰੇ ਘਰ ਦੇ ਵੀ ਆਏ ਹੋਏ ਨੇ, ਜਵਾਕ ਜੱਲਾ ਹੋਣਾ ਗਾ ਜੀ। ਅੱਛਾ ਜੀ, ਇਹਨਾਂ ਦੇ ਇਕੱਲੀ। ਫਿਰ ਤੁਸੀਂ ਵੀ ਚਲਾਈਆਂ? ਅਸੀਂ ਵੀ ਚਲਾਈਆਂ, ਅਸੀਂ ਵੀ ਇਹਨਾਂ ਦੇ ਨਾਲ ਹੀ ਰਹਿੰਦੇ ਹਾਂ। ਅੱਛਾ ਅੱਛਾ, ਕੋਠੇ ਸਾਂਝੀ ਇਕੱਠੀ ਨੇ ਸਾਡੇ। ਫਿਰ ਕੀ ਗੱਲ ਹੋਈ ਹੈ? ਅਸੀਂ ਹਟਾ ਰਹੇ, ਉਹ ਕੋਠਿਆਂ 'ਤੇ ਚੜ੍ਹ ਕੇ ਇੱਟਾਂ ਮਾਰਨ ਲੱਗ ਗਏ। ਕੌਣ ਕੌਣ ਮਾਰਨ ਲੱਗ ਗਏ? ਇੱਕ ਕੀ ਨਾਮ ਦੇ ਪੰਮੋ, ਇੱਕ ਪੰਮੋ ਦੀ ਨੂੰਹ ਦੀ। ਕਾਰਨ? ਕਾਰਨ ਕਾਰਨ ਇਹਨਾਂ ਦੀ ਲੜਾਈ ਹੋਈ ਹੈ, ਅਸੀਂ ਤਾਂ ਦੇਖ ਰਹੇ ਸੀ ਗਣੇਸ਼ ਵਾਸਤੇ। ਉਹ ਸਾਂਝੀ ਪਾਰਕ ਆ ਜੀ, ਕੋਈ ਮਰਜ਼ੀ ਗੌਰਮਿੰਟੀ ਪਾਰਕ ਆ, ਦੋ ਪਾਰਕ। ਠੀਕ ਹੈ ਜੀ, ਇਹ ਲਾਦੇ ਅਸੀਂ ਹਟਾ ਰਹੇ ਭਾਈ, ਇੱਟਾਂ ਨਾ ਮਾਰੋ। ਠੀਕ ਹੈ, ਵੀ ਕੋਠਿਆਂ 'ਤੇ ਚੜ੍ਹ ਕੇ ਇੱਟਾਂ ਨਾ ਮਾਰੋ, ਕਿਸੇ ਦੇ ਲੱਗੂਗੀ, ਕਿਸੇ ਦੇ ਜਵਾਕ ਜ਼ਿਲ੍ਹੇ ਦੇ ਲੱਗੂਗੀ ਇੱਟ, ਸਾਡੇ ਨਹੀਂ। ਉਹ ਸਾਨੂੰ ਗਾਲਾਂ ਦੇਣ ਲੱਗ ਗਏ।